बिसमरिम साद हज़रा फिशल में ए जी ख़ान की जन्म से सभी भाइयों बुज़ुर्गों को अस्सलाम व रहमतुल्लाहि व बरकातहू तो आज मैं अपने भाइयों के लिए सोचा कि व्लॉग बनाऊं इंशाल्लाह इस चैनल पर व्लॉग ही आया करेंगे और ये व्लॉग हर तरह का आएगा इस तरह आएगा जिस जहाँ पर मैं जाऊँगा वहाँ पर भी आपको दिखाऊँगा जिस शेड पर यानी कि जिस फार्म पर और जिस पार्क पर हर तरह के माहौल आपको लाज़मी दिखाया करूँगा ये देख सकते हैं मेरा भतीजा भी मेरे साथ है ये देखें और साथ बैग भी हमारे पास होता है ये हम एक नए फॉर्म पर आए हैं यहाँ पर आपको एक ऐसा एंट्री दिखाएंगे वो चैनल दूसरे पर आएगा बिजनेस टाइम फिशल पर उधर भी जाएं और माहौल देखें इन आपका दिल खुश होगा बाग बाग होगा ये देखें हम ऐसे जंगल में आ चुके हैं मुझे ऐसा लग रहा है कि जंगल भैया बाढ़ में आ गया हूँ मुझे डर लग रहा है कोई ऐसा ना हो कोई ऐसी चीज ना हो मुझे उचक ना ले जाए यानी कि उठा ना ले जाए मुझे खतरा लग रहा है लेकिन उसके बावजूद मैं अपने भाइयों के लिए अपने प्यार मोहब्बत करने वालों के लिए मैं वीडियो इस तरह बनाता रहूंगा इन शाह बस दुआ किया करें आपके लिए इंफॉर्मेटिव वीडियो बनाऊँ और ये है ब्लॉक मेरे चैनल को लाजमी सब्सक्राइब करना है ये ना इसे इधर भी सपोर्ट करेंगे फिर मजा आएगा अगर सपोर्ट नहीं करना तो फिर फायदा क्या है ये देखें ਸਵੇ ਦੇ ਸਵੇ ਦੇ ਦੇਖੋ ਜੀ ਦੇਖੋ ਦੇਖੋ ਆ ਵੇਖੋ ਤੇ ਸਹੀ ਮਿਸਟਰ ਭਤੀ ਸਿੰਘ ਕਿੱਥੇ ਲੁਕਿਆ ਹੋਣਾ ਕੀ ਕਰਦਾ ਪਿਆ ਇੱਧਰ ਤਾਂ ਵੇਖ ਧੁੱਪੇ ਆ ਮੋਰ ਦੇਖੋ ਜੀ ਜਿਸ ਬਾਈ ਕੋਲ ਅਸੀਂ ਹੈ ਮਾਸ਼ਾ ਅੱਲਾਹ ਜੀ ਇਹ ਕਿਊਟ ਲੱਗ ਰਿਹਾ ਹੈ ਇਹ ਦਾਣਾ ਲੱਗ ਰਿਹਾ ਜੀ ਦਾਣਾ ਲੈ ਵੀ ਬੈਗ ਭੜਿਆ ਵਾਸੂ 5 ਕਿਲੋ ਦ ਕਰਨੀਆਂ ਪੈਣੀਆਂ ਹਾਂ ਮਿੰਦ ਦਾ ਫਲ ਮਿੱਠਾ ਹੁੰਦਾ ਹੈ ਲਓ ਜੀ ਮੇਰੇ ਪਿਆਰੇ ਭਾਈ ਇਸਤਮਾਮ ਜਨਾਬ ਇਰਸलान ਸਾਹਿਬ ਉਹ تشریف ਲੈ ਆ ਰਹੇ ਨੇ 마शाल्लाह ਜੀ ਆ ਚੈੱਕ ਕਰੋ ਜੀ ਆ 마शाल्लाह क्यूट ਲੱਗ ਰਹੇ ਨੇ ਜੀ ਇਰਸलान ਸਾਹਿਬ ਆਪਣਾ ਵਲੌਗ ਦਾ ਚੈਨਲ ਜੀ ਵੱਖਰਾ ਇੱਕ ਬਣਾ ਹੋਇਆ ਹੈ ਤੇ ਇੱਥੇ ਇਹ ਵਲੌਗ ਦਾ ਚੈਨਲ ਆਪ ਬਣਾ ਹੋਇਆ ਹੈ ਤੇ ਇਹਦੇ ਵਿੱਚ ਤੁਸੀਂ ਕੀ ਜ਼ਹਰ ਕਰੋਗੇ ਅਸਲਾਮੁਅਲੈਕਮ ਭਾਈ ਜਾਨ ਵਾਲੇਕਮ ਸਲਾਮ ਸਰ کیسے ہیں ਆਪ ਅਲਹਮਦੁਲਿਲਾ ਪਿਆਰੇ ਭਾਈ ਜਾਨ ਮੈਂ ਤੁਹਾਡੇ ਕੋਲ ਕਿਹੜੀ ਜਾਂਦੇ ਆਇਆ ਮਾ ਇਹ ਜ਼ਿਲ੍ਹਾ ਕਸੂਰ ਦੇ ਮੁੰਡੇ ਕੀ ਪਿੰਡ ਕੁੰਨਨ ਵਾਲਾ ਮੋੜ ਫੋਨਨ ਵਾਲਾ ਮੋੜ ਜੀ ਬੜਾ ਪੰਦੇ ਜੀ ਮੈਂ ਜ਼ਿਲ੍ਹਾ ਕਸੂਰ ਦਾ ਲੱਖਾ ਜੇ ਆਦੇ ਪਿੰਡ ਤੋਂ ਤਕਰੀਬਨ 60 ਕਿਲੋਮੀਟਰ ਦੂਰ ਮੈਂ ਆਇਆ ਜੇ ਤੇ ਇਸ ਭਰਾ ਕੋਲ ਆਇਆ ਮੈਨੂੰ ਬੜੀ ਖੁਸ਼ੀ ਹੋਈ ਇਸ ਭਰਾ ਨਾਲ ਮਿਲ ਕੇ ਮੇਰੇ ਬੜੇ ਪਿਆਰੇ ਭਾਈ ਮਕਸੂਦ ਗੁਜਰ ਸਾਹਿਬ ਉਹਨਾਂ ਨੇ ਮੈਨੂੰ ਦਾਵਤ ਦਿੱਤੀ ਸੀ ਤੇ ਉਹਨਾਂ ਦੇ ਫਾਰਮ ਤੇ ਮੈਂ ਆਇਆ ਇਨਸ਼ਾਅੱਲਾ ਬਾਕੀ ਤੋਂ ਰਸਤੇ ਹੋਰ ਚੀਜ਼ਾਂ ਬਖਾਵਾਂਗਾ ਜੀ ਹੁਣ ਅੱਗੇ ਚੱਲਣੇ ਹਨ ਬਣਾਉਣੇ ਆ ਵੀਡੀਓ ਦੂਸਰੇ ਚੈਨਲ ਵਾਸਤੇ ਹੁਣ ਜਾਦੇ ਹੋ ਜੀ ਅੱਲਾਹ ਵੀ ਬਰਾਵੋ ਵੇਹ ਲੋ ਸਾਡੇ ਹਾਲ ਸਾਡੀ ਹੋ ਗਈ ਮੋਟਰਸਾਈਕਲ ਪੈਂਚਰ ਪੈਂਚਰ ਦੀ ਅਜੀਬ ਹਾਲ ਹੈ ਜੀ ਚੰਗੀ ਬਲ ਢੱਲੀ ਦੇ ਪੈਂਚਰ ਵਾ ਨਿਕਲ ਗਈ ਹੈ ਜੀ ਹੁਣ ਇਹ ਵੈਲ ਨੂੰ ਪੈ ਜਾਂਦੇ ਆ ਰਾਤਾਂ ਹੋ ਜਾਣਗੀਆਂ ਵੇਖੋ ਜੀ ਇਸ ਫਾਇਦਾ ਨਾਲ ਕਿੰਨਾ ਚਾਹ ਸਫੈਦਾ ਇਸ ਫਾਇਦਾ ਇਸ ਫਾਇਦਾ ਹੈ ਹਾਂ ਵੇਖੋ ਜੀ ਸੀਨ ਮੌਲ ਹੈ ਇਹ ਤਾਂ ਮੌਲ ਹੈ ਨਾ ਇਹਦਾ ਇੰਟਰਵਿਊ ਲਾਉਂਗੇ ਬਿਜ਼ਨਸ ਸਫਾਇਦੇ ਦਾ ਬਿਜ਼ਨਸ ਦਾ ਆਵੇ ਲੋ ਜੀ ਟੱਕੇ ਖਾਣੇ ਜਾ ਰਹੇ ਆ ਟੁਰਦੇ ਜਾ ਰਹੇ ਆ ਪਤਾ ਨਹੀਂ ਉਹ ਸਾਨੂੰ ਪੈਂਚਰ ਵਾਲਾ ਕਿੱਥੋਂ ਲੱਭੇਗਾ ਲੱਭਦਾ ਕਿ ਨਹੀਂ ਲੱਭਦਾ ਕੋਈ ਵੀ ਕਾਰੋਬਾਰ ਹੈ ਕੋਈ ਵੀ ਕੰਮ ਹੈ ਉਹਦੇ ਵਾਸਤੇ ਮਿਹਨਤ ਜ਼ਰੂਰੀ ਹੈ ਮੈਂ ਆਪਣੇ ਭਰਾਵਾਂ ਨੂੰ ਇਹ ਗੱਲ ਕਰ ਕੰਮ ਕਰਨੇ ਬੋਲਣਾ ਇਸ਼ਾਨ ਹੈ ਕੰਮ ਕਰਨਾ ਔਖਾ ਹੈ ਮੈਂ ਆਪਣੇ ਭਰਾਵਾਂ ਦੀ ਖਾਤਰ ਬੜੀ ਬੜੀ ਜਾਣ ਟੱਕੇ ਖਾਣਾ ਤੇ ਹੁਣ ਤੁਸੀਂ ਵੇਖ ਸਕਦੇ ਜੇ ਹੁਣ ਜਿਸ ਤਰੀਕੇ ਆ ਬੜਾ ਜ਼ੋਰ ਚਲਾ ਗਿਆ ਮੇਰਾ ਭਤੇਜ ਸਿੰਘ ਪਜਾਇਲ ਪਜਾਇਲ ਜਾ ਰਿਹਾ ਹੈ ਮੋਟਰਸਾਈਕਲ ਰੇੜੀ ਲੈ ਆ ਰਿਹਾ ਧੱਕੇ ਨਾਲ ਮੇਰੀ ਕੋਸ਼ਿਸ਼ ਇਹ ਹੋਵੇ ਦੀ ਮੈਂ ਆਪਦੇ ਭਰਾਵਾਂ ਵਾਸਤੇ ਵਲੌਗ ਚੰਗਾ ਬਣਾਵਾ ਗੱਲ ਕਰ ਮਤਲਬ ਇਹ ਕਿ ਮੈਂ ਜਦੋਂ ਵੀ ਕਿਤੇ ਜਾਵਾਂਗਾ ਨਾ ਉਸ ਜਗ੍ਹਾ ਦੇ ਲਾਜ਼ਮੀ ਲੋਕੇਸ਼ਨ ਦੇਵਾਂਗਾ ਕਿ ਅੱਜ ਮੈਂ ਫਲਾਨੀ ਜਗ੍ਹਾ ਗਿਆ ਉੱਥੇ ਕੀ ਮਾਹੌਲ ਕੀ ਹਸਪਤਾਲ ਤੇ ਨਾਲੇ ਵੇਖਿਆ ਜੇ ਤੁਹਾਡੇ ਵਾਸਤੇ ਚੰਗੇ ਤੋਂ ਚੰਗਾ ਵਲੌਗ ਬਣਾ ਕੇ ਲਿਆਵਾਂਗਾ ਲਓ ਜੀ ਅਸੀਂ ਪੱਕੀ ਲੱਗ ਗਏ ਆ ਇੱਕ ਪੱਕੀ ਲੱਗ ਗਏ ਹੁਣ ਪਤਾ ਨਹੀਂ ਪਿੰਡ ਕਿਹੜੀ ਜਾਂ ਤੇ ਆਣਾ ਲਾ ਐਸ ਪਾਸੇ ਭਾਈ ਕੰਕਾਂ ਲੱਗੀਆਂ ਖਲੀਆਂ ਦੇ ਇਹ ਨੂ ਆਪਾਂ ਕੰਦਮਾ ਸਾਧਨੇ ਆ ਇਹ ਲੱਗੀ ਹਰੇ ਛੋਟੀ 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 ਹੁੰਦੀ ਜਾਂਦੀ ਜੇ ਇੱਧਰ ਗੜੀ ਜਣੀ ਆਨੇ ਕਿਰੇ ਮੁੰਜੀ ਕੁਦੀ ਪਟਾ ਇਹ ਮੁੰਜੀ ਵਾਸੇ ਇੰਤਜ਼ਾਮ ਵਾਹ ਜਾ ਹੈ ਹੈ ਕਿੱਥੇ ਬੱਕਰੀਆਂ ਤੇਨ ਸਾ ਵੀ ਚੜ ਗਿਆ ਲਾ ਤੂੰ ਬੜਾ ਇੰਜਾਂ ਗੜੀ ਜਣਾ ਜੋਰ ਨਾਲ ਮੋੜ ਸਾਂ ਆਪੇ ਲਈ ਜਾਂਦੀ ਸਟਾਰਟ ਜੇ ਗਈ ਜੀ ਉਤੇ ਉਤੇ ਬਾਂਦਰ ਬਾਦ ਹੈ ਚੜਾਈ ਲਿਆ ਮੋਲ ਚੈੱਕ ਕਰੋ ਜੀ ਐ ਐ ਸੂਰਜ ਵੀ ਬੰਦ ਤੇ ਤਿਆਰੀਆਂ ਚ ਅਸੀਂ ਹੌਲੀ ਹੌਲੀ ਲੱਗੇ ਜਾ ਰਹੇ ਹਾਂ ਪਤਾ ਨਹੀਂ ਕਿੱਥੇ ਕੋ ਪਿੰਡੇਗਾ ਹੈ ਸਾਡੇ ਪੈਂਚਰ ਲੱਗੇਗਾ ਤੇ ਫੇਰੀ ਅਸੀਂ ਜਾਣਾ ਹੈ ਬੜਾ ਪਾਂਦੇ ਸਾਡਾ ਪਿੰਡ ਵੀ ਵੀਰ ਜੀ ਅਸੀਂ ਕੀ ਕਰੀਏ ਕਿਹੜੇ ਪਾਸੇ ਜਾਈਏ ਹੁਣ ਟੁਰ ਟੁਰ ਕੇ ਥੱਕ ਜਾਣਾ ਏ ਨਾ ਕੋਈ ਪੈਂਚਰ ਆ ਨਜ਼ਰ ਆਂਦਾ ਪਿਆ ਜੇ